ਮਹਿਜ਼ 500 ਦੇ ਪਿੱਛੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਇੱਟਾਂ ਰੋੜਿਆਂ ਦੀ ਬਰਸਾਤ ਕੀਤੀ, ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਇੱਟ ਵੱਜੀ, ਜਿਸ ਦੇ ਨਾਲ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਉਸਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਰ ਉਸਨੂੰ ਡਾਕਟਰਾਂ ਨੇ ਸਿਵਲ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ, ਜਿੱਥੋਂ ਫਿਰ ਉਸਨੂੰ ਅੰਮ੍ਰਿਤਸਰ ਦੇ ਲਈ ਉਚੇਰੇ ਇਲਾਜ ਦੇ ਲਈ ਰੈਫਰ ਕੀਤਾ ਗਿਆ। ਇਸ ਲੜਾਈ ਦੇ ਵਿੱਚ ਇੱਟਾਂ ਰੋੜਿਆਂ ਦੀ ਬਰਸਾਤ ਹੋਈ। ਇੱਕ ਰੋੜਾ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰ ਤੇ ਵੱਜਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਬਾਅਦ ਵਿੱਚ ਉਸਦੀ ਮੌਤ ਹੋ ਗਈ। ਤਾਂ ਮਹਿਜ਼ 500 ਦੇ ਪਿੱਛੇ ਇੱਕ ਕਤਲ ਕੀਤਾ ਗਿਆ। ਲੜਾਈ ਸੀ ਇਸੇ ਹੀ ਮੁਹੱਲੇ ਦੇ ਵਿੱਚ, ਉਹ ਬਦਮਾਸ਼ ਰਹਿੰਦੇ ਸੀ ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਲੜਾਈ ਦੇ ਮੌਕੇ ਨੌਜਵਾਨ ਦੇ ਸਿਰ ਦੇ ਪਿਛਲੇ ਪਾਸੇ ਇੱਟ ਵੱਜੀ, ਜਿਸ ਦੇ ਨਾਲ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਉਸਦਾ ਪਿਤਾ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਕਾਨੂੰਵਾਲ ਹਸਪੀਟਲ ਦੇ ਵਿੱਚ ਉਸਦੇ ਪਿਤਾ ਨੂੰ ਪਹਿਲਾਂ ਭਰਤੀ ਕਰਵਾਇਆ ਗਿਆ, ਜਿੱਥੇ ਫਿਰ ਉਸਨੂੰ ਅੰਮ੍ਰਿਤਸਰ ਦੇ ਲਈ ਰੈਫਰ ਕੀਤਾ ਗਿਆ। ਗੱਲ ਕੋਈ ਨੀ ਜੀ, ਆ ਕੇ ਇੱਥੇ ਬਸ ਸਾਡੇ ਘਰ ਦੇ ਬੂਹੇ ਖਲੋਤਿਆ, ਗਾੜੀ ਤਾਂ ਇਹਨੂੰ ਕਿਹਾ ਵੀ ਪਰੇ ਹਟ ਦਿਓ, ਅਤੇ ਗਾੜੀਓਂ ਪਰੇ ਨਾ ਹਟੇ। ਅਤੇ ਮੇਰਾ ਡੈਡੀ ਕਹਿੰਦਾ ਨਹੀਂ, ਅਸੀਂ ਕਹਿੰਦਾ ਇੱਥੇ ਖਲਾਉਣਾ ਵਾ, ਊਂ ਜਾਊਂ ਫਲਾਂ ਢਿੰਗ। ਮੇਰੇ ਡੈਡੀ ਦੇ ਹੱਥੀ ਪੈਰ ਲੱਗਾ, ਅਤੇ ਅਸੀਂ ਫਿਰ ਫੜ ਕੇ ਕੁੱਟਿਆ ਇਹਨੂੰ, ਅਤੇ ਬਾਅਦ 'ਚ ਰੋੜੇ ਮਾਰਨ ਦਿਆ। ਫਿਰ ਇਹਨਾਂ ਨੇ ਮੇਰਾ ਥੋੜ੍ਹਾ ਮਾਰਤਾ, ਇੱਟ ਮਾਰ ਕੇ। ਇੱਟ ਮਾਰ ਕੇ ਮਾਰ, ਇੱਟ ਕਿੱਥੇ ਵੱਜੀ ਹੈ? ਇੱਟ ਉਹਦੇ ਬੈਕ ਸਾਈਡ। ਹੁਣ ਗੁਰਦਾਸਪੁਰ ਚਲੇ ਗਏ? ਹਾਂਜੀ, ਗੁਰਦਾਸਪੁਰ ਲੈ ਗਏ। ਉਹ ਕਿੱਥੇ? ਕੀ ਨਾਮ ਮੁੰਡੇ ਦਾ? ਕੀ ਨਾਮ ਆ ਜਿਹੜਾ? ਰਾਜਨ? ਹਾਂਜੀ ਰਾਜਨ ਹੀ, ਜਿਹਦੀ ਦਰਤ ਹੋ ਗਈ। ਉਹਦਾ ਪਿਓ ਦਾ ਕੀ ਨਾਮ? ਬਲਵਿੰਦਰ ਸਿੰਘ। ਬਲਵਿੰਦਰ, ਕਿੰਨੀ ਕੁ ਉਮਰ ਸੀਗੀ ਉਹਦੀ? ਭਰਾ ਫਿਰ 22 ਸਾਲ। 22 ਸਾਲ ਵਿਆਹ ਸੀਗਾ ਕਿ ਕੁਆਰਾ ਸੀ? ਕੁਆਰਾ ਹੀ ਅਜੇ। ਅੱਛਾ, ਕੀ ਕੰਮ ਕੀ ਕਰਦਾ ਸੀਗਾ? ਕੰਮ ਹੀ ਕਰਦੇ ਆ, ਕਮਰੇ ਕਮਰੇ ਢੋਣੇ ਤੋਂ ਗੱਲ ਕਰਾਂਗੇ। ਅੱਛਾ, ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ? ਇਹ ਉਹੀ ਗਾਲਾਂ ਗੁਲਾਂ ਕੱਢਦੀ, ਹੋਰ ਤੇ ਨਹੀਂ ਗੱਲ ਹੋਈ। ਕਿੰਨਾ ਨਾਲ ਝਗੜਾ ਆ ਵਾ? ਰਵੀ ਦੇ ਨਿਆਣਿਆਂ ਨਾਲ, ਭੋਲਾ ਤੇ ਮੋਟਾ। ਨਹੀਂ, ਉਹਦਾ ਨਾਂ ਕੀ ਸੀਗਾ ਜਿਹੜਾ ਆਇਆ ਮੁੰਡਾ ਜਿਹਦੇ ਨਾਲ ਝਗੜਾ ਹੋਇਆ? ਰਵੀ? ਰਵੀ ਦੇ ਮੁੰਡੇ ਆ, ਮੁੰਡੇ ਨਹੀਂ, ਰਾਜ ਦੇ ਮੁੰਡੇ। ਅੱਛਾ, ਰਾਜ ਵਿੱਚ ਇਹ ਕਹਿੰਦੇ ਤੂੰ ਨਹੀਂ ਮਰ ਜਾਣਾ ਪਿੱਟ ਦੀ ਇੱਥੇ।